ਸਤਿ ਸ਼੍ਰੀ ਅਕਾਲ ਦੋਸਤੋ ਅਤੇ ਸਰਹੱਦ ਕੇਸਰੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਸਾਜਨ ਗੁਗਲਾਨੀ, ਇਸ ਵਕਤ ਮੌਜੂਦ ਹਾਂ ਡੀ ਸੀ ਆਫਿਸ ਜਿੱਥੇ ਨੌਜਵਾਨ ਸਮਾਜ ਸੇਵਾ ਸੰਸਥਾ ਦੇ ਵੱਲੋਂ सेवा शुरू की थी। मैनू बहुत खुशी हुई है जान के कि फाजिलका वासी इतने अवेयर हैं और उन्होंने कहा कि कल विमेंस डे पे सारे ऑटो वाले सारी महिलावां नू फ्री राइड देंगे, जिथे भी वो जाना है उन्होंने तो कुछ भी चार्ज नहीं करेंगे। और जेडी ऑटो नू मैं हरी झंडी दिती है उन्होंने ड्राइव भी महिला कर रही है। सो महिला अज दे फील्ड च किसी भी उस च किसी च किसी तो पिछे नहीं है, फोकस्ड है, अपने काम प्रति जागरूक है और अपना मुकाम हासिल करन विच महिलाओं की मैसेज देना चाहोगे आज दिन पे? किसी भी चीज च महिला किसी क्षेत्र च भी किसी फील्ड च किसी उस मर्दा तो पिछे नहीं है। जे वो अपना काम तन देई नाल अपना मेहनत नाल अपने सिंसेरिटी नाल करदियां हन ते वो हर मुकाम जिंदगी च हासिल कर सकदियां हन। और साडे पंजाब सरकार ने तां 50% जिलिया च महिला डीसी लगाए होए हैं, ये बहुत वड्डी गल है। थैंक यू मैम, हैप्पी थैंक यू। ਤੁਸੀਂ ਵੇਖ ਰਹੇ ਸੀ ਨੌਜਵਾਨ ਸਮਾਜ ਸੇਵਾ ਸੰਸਥਾ ਦੇ ਵੱਲੋਂ ਫੋਟੋ ਕਰ ਲਈ ਰਾਈਟ ਰਾਈਟ ਹੱਥ ਪਿੱਛੇ ਕਰ ਥੋੜਾ ਓ ਯਾਰ ਜੀ ਮੈਂ ਡੀ ਸੀ ਨੇ ਚਲਾਓ ਹਾਂਜੀ ਮੈਮ, ਕਿਸ ਤਰ੍ਹਾਂ ਦੇ ਦਿਓ ਜਿਹੜੀ ਅੱਜ ਸੇਵਾ ਜਿਹੜੀ ਹੈ ਨਿਸ਼ੁਲਕ ਸੇਵਾ ਸ਼ੁਰੂ ਕੀਤੀ ਹੈ? ਅੱਜ ਜੀ ਸਭ ਤੋਂ ਪਹਿਲਾਂ ਤਾਂ ਮੈਂ ਇੰਟਰਨੈਸ਼ਨਲ ਵਿਮੈਨ ਡੇ ਤੇ ਸਾਰੀਆਂ ਮਹਿਲਾਵਾਂ ਨੂੰ ਬਹੁਤ ਬਹੁਤ ਵਧਾਈ ਦਿੰਦੀ ਹਾਂ। ਔਰ ਅੱਜ ਜਿਹੜੀ ਨੌਜਵਾਨ ਸਮਾਜ ਸੇਵਾ ਸੰਸਥਾ ਵੱਲੋਂ ਫ੍ਰੀ ਆਟੋ ਰਾਈਡ ਜਿਹੜੀ ਹੈ ਫਾਜ਼ਿਲਕਾ ਦੀ ਟੀਮ ਨੇ ਸ਼ੁਰੂ ਕੀਤੀ ਹੈ, ਇਹ ਬਹੁਤ ਵਧੀਆ ਉਪਰਾਲਾ ਔਰ ਮੈਂ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦੀ ਹਾਂ ਕਿ ਇਹਨਾਂ ਨੇ ਐਡਾ ਵੱਡਾ ਮਤਲਬ ਇਨੀਸ਼ੀਏਟਿਵ ਜਿਹੜਾ ਲਿਆ। ਔਰ ਉਮੀਦ ਕਰਦੇ ਹਾਂ ਕਿ ਬਹੁਤ ਸਾਰੀਆਂ ਲੋਕਾਂ ਔਰਤਾਂ ਨੂੰ ਅੱਜ ਵਧੀਆ ਲੱਗੇਗਾ ਕਿ ਉਹਨਾਂ ਲਈ ਕੁਝ ਸਪੈਸ਼ਲ ਇਵੈਂਟ ਜਿਹੜਾ ਹੋ ਰਿਹਾ ਹੈ। ਮੈਮ ਕਿਸ ਤਰ੍ਹਾਂ ਦੇ ਜੋ ਤੁਸੀਂ ਮਹਿਲਾਵਾਂ ਦਾ ਜਿਹੜਾ ਸਮਾਜ ਦੇ ਵਿੱਚ ਕਿਸ ਤਰ੍ਹਾਂ ਦੀ ਸੇਵਾਵਾਂ ਰਹਿੰਦੀਆਂ? ਦੇਖੋ ਅੱਜ ਕੱਲ੍ਹ ਤਾਂ ਮਹਿਲਾਵਾਂ ਜਿਹੜੀਆਂ ਨੇ ਹਰ ਫੀਲਡ ਦੇ ਵਿੱਚ ਅੱਗੇ ਜਾ ਰਹੀਆਂ ਨੇ ਜੀ। ਔਰ ਮਤਲਬ ਕਾਫੀ ਵਧੀਆ ਹੈਗਾ, ਤੁਸੀਂ ਦੇਖੋ ਜਿੱਥੇ ਕਿਤੇ ਵੀ ਸਾਡੇ ਫਾਜ਼ਿਲਕਾ ਜ਼ਿਲ੍ਹੇ 'ਚ ਵੀ ਜਾ ਰਹੀਆਂ ਜਿਹੜੀਆਂ ਮੇਨ ਪੋਸਟ ਨੇ ਉੱਥੇ ਸਾਰੀਆਂ ਫੀਮੇਲ ਆਫਿਸਰਸ ਨੇ ਔਰ ਟੀਚਰਸ ਪ੍ਰੋਫੈਸਰਸ ਨੇ।
ਡਾਕਟਰਸ ਨੇ ਹਰ ਫੀਲਡ ਦੇ ਵਿੱਚ ਵੁਮੈਨ ਜਿਹੜੀ ਹੈ ਬਹੁਤ ਐਕਸੈਲ ਕਰ ਰਹੀ ਹੈ ਔਰ ਸਮਾਂ ਜਿਹੜਾ ਹੌਲੀ ਹੌਲੀ ਬਦਲ ਰਿਹਾ ਔਰ ਉਮੀਦ ਕਰਦੇ ਹਾਂ ਕਿ ਅੱਗੇ ਤੋਂ ਹੋਰ ਵੀ ਇਸ ਉਪਰਾਲੇ ਨੂੰ ਕਿਸ ਤਰ੍ਹਾਂ ਦੇਖਦੇ ਹੋ ਮੈਡਮ ਜਿਹੜਾ ਅੱਜ ਉਪਰਾਲਾ ਕੀਤਾ ਜਾ ਰਿਹਾ ਸੰਸਥਾ ਦੇ ਵੱਲੋਂ ਅੱਜ ਜੀ ਨੌਜਵਾਨ ਸਮਾਜ ਸੇਵਾ ਸੰਸਥਾ ਵੱਲੋਂ ਜੋ ਫ੍ਰੀ ਆਟੋ ਰਾਈਡ ਦਿੱਤੀ ਗਈ ਬਹੁਤ ਵਧੀਆ ਉਪਰਾਲਾ ਔਰ ਮੈਂ ਇਹਨਾਂ ਨੂੰ ਵਧਾਈ ਦਿੰਦੀ ਹਾਂ ਔਰ ਇਸ ਇੱਕ ਇਨੀਸ਼ੀਏਟਿਵ ਦੇ ਨਾਲ ਜਿਹੜੀ ਫਾਜ਼ਿਲਕਾ ਦੀ ਵੁਮੈਨ ਅੱਜ ਸਫ਼ਰ ਕਰੇਗੀ ਉਹਨਾਂ ਨੂੰ ਇੱਕ ਸਪੈਸ਼ਲ ਫੀਲਿੰਗ ਜਿਹੜੀ ਹੈ ਆਏਗੀ ਕਿ ਹਾਂਜੀ ਵੁਮੈਨ ਡੇ 'ਤੇ ਕੁਝ ਸਪੈਸ਼ਲ ਉਹਨਾਂ ਨੂੰ ਫੈਸਿਲਿਟੀ ਮਿਲਦੀ ਮਿਲੀ ਹੈਗੀ ਹੈ ਸੋ ਬਹੁਤ ਵਧੀਆ ਉਪਰਾਲਾ ਜੀ ਕੀ ਸੰਦੇਸ਼ ਕੀ ਦੇਣਾ ਚਾਹੋਗੇ ਮਹਿਲਾਵਾਂ ਦੇ ਵਿੱਚ ਮਹਿਲਾਵਾਂ ਨੂੰ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਦੇਖੋ ਜੋ ਜਿਹੜੀ ਸੋਚ ਹੈਗੀ ਹੈ ਆਪਣੇ ਸਮਾਜ ਦੀ ਕਿ ਅਸੀਂ ਕਹਿੰਦੇ ਹਾਂ ਕਿ ਮਰਦ ਪ੍ਰਧਾਨ ਸਮਾਜ ਹੈ ਇਹ ਸਿਰਫ ਤੋਂ ਸਿਰਫ ਸਾਡੀ ਸੋਚ ਨਾਲ ਹੈ ਤੁਸੀਂ ਆਪਣੇ ਆਪ ਨੂੰ ਇੰਨਾ ਕੈਪੇਬਲ ਬਣਾਓ ਇੰਨਾ ਸਕਸ਼ਮ ਬਣਾਓ ਕਿਉਂਕਿ ਕੁਦਰਤ ਵੱਲੋਂ ਵੀ ਜੋ ਸ੍ਰਿਸ਼ਟੀ ਨੂੰ ਚਲਾਉਣ ਦਾ ਅਹਿਮ ਅਤੇ ਔਖਾ ਰੋਲ ਹੈ ਉਹ ਇੱਕ ਲੇਡੀ ਦੇ ਹਿੱਸੇ ਆਇਆ ਵਿਮੈਨ ਦੇ ਹਿੱਸੇ ਆਇਆ ਔਰ ਬਾਇਓਲੋਜੀਕਲੀ ਵੀ ਫੀਮੇਲ ਨੂੰ ਜ਼ਿਆਦਾ ਸਟਰੋਂਗਰ ਜਿਹੜਾ ਪਰਮਾਤਮਾ ਵੱਲੋਂ ਕੁਦਰਤ ਵੱਲੋਂ ਬਣਾਇਆ ਗਿਆ ਸਿਰਫ ਲੋੜ ਹੈ ਆਪਣੇ ਇਸ ਪੋਟੈਂਸ਼ੀਅਲ ਨੂੰ ਪਹਿਚਾਨਣ ਦੀ ਔਰ ਆਪਣੀ ਸ਼ਕਤੀ ਨੂੰ ਉਭਾਰਨ ਦੀ ਤਾਂ ਹੀ ਕਰਕੇ ਜਿਹੜੀ ਵਿਮੈਨ ਇੰਪਾਵਰਮੈਂਟ ਹੈ ਇਹਦਾ ਰੀਅਲ ਸੈਂਸ ਤਾਂ ਹੀ ਆਏਗੀ ਜੇ ਸਾਡੀ ਸੋਚ ਬਦਲੇਗੀ ਮੈਮ ਕਿੰਨਾ ਕੁ ਪ੍ਰਾਊਡ ਫੀਲ ਕਰਦੇ ਹੋ ਪੂਰੇ ਜ਼ਿਲ੍ਹੇ ਦੀ ਕਮਾਂਡ ਮਹਿਲਾਵਾਂ ਦੇ ਹੱਥੇ 'ਚ ਜੇਕਰ ਗੱਲ ਕਰੀਏ ਤਾਂ ਡੀਸੀ ਸਾਹਿਬ ਹੋ ਗਏ ਤੁਸੀਂ ਹੋ ਗਏ ਐਸਐਸਪੀ ਮੈਮ ਹੋ ਗਏ ਨਾਲ ਹੀ ਜਿਹੜੇ ਐਸਡੀਓ ਬਿਜਲੀ ਬੋਰਡ 'ਚ ਵੀ ਉਹ ਵੀ ਲੇਡੀਜ਼ ਨੇ ਬਹੁਤ ਵਧੀਆ ਲੱਗਦਾ ਜੀ ਸਪੈਸ਼ਲ ਜੀ ਫੀਲਿੰਗ ਆਉਂਦੀ ਹੈ ਕਿ ਹਾਂਜੀ ਅਸੀਂ ਸਾਰੀਆਂ 'ਚ ਕਿਉਂਕਿ ਬਹੁਤ ਇੰਪੋਰਟੈਂਟ ਰਿਸਪੋਂਸੀਬਿਲਿਟੀਜ਼ ਜਿਹੜੀਆਂ ਸਾਰੀਆਂ ਲੇਡੀਜ਼ ਨੂੰ ਦਿੱਤੀਆਂ ਔਰ ਜਿੱਥੋਂ ਤੱਕ ਮਤਲਬ ਮੇਰਾ ਐਕਸਪੀਰੀਅੰਸ ਹੈਗਾ ਮੈਂ ਦੇਖਿਆ ਕਿ ਜਿੱਥੇ ਕਿਤੇ ਵਿਮੈਨ ਇਸ ਪੋਸਟ 'ਤੇ ਕਾਬਜ਼ ਨੇ ਉਹ ਵਿਮੈਨ ਜ਼ਿਆਦਾ ਸਿੰਸੈਰਿਟੀ ਜ਼ਿਆਦਾ ਹਾਰਡ ਵਰਕ ਅਤੇ ਜ਼ਿਆਦਾ ਕੰਪੈਸ਼ਨ ਕਾਇੰਡ ਹਾਰਟਡ ਨਾਲ ਇਹਨਾਂ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਂਦੀਆਂ ਨੇ ਤਿੰਨੋਂ ਵੱਡੀਆਂ ਪੋਸਟਾਂ ਦੀ ਗੱਲ ਕੀਤੀ ਜਾਵੇ ਤਾਂ ਤੁਹਾਡੇ ਤਿੰਨਾਂ ਦੇ ਵਿਚਕਾਰ ਕਿਸ ਤਰ੍ਹਾਂ ਦਾ ਤਾਲਮੇਲ ਹੈ ਜੀ ਬਹੁਤ ਵਧੀਆ ਜੀ ਬਹੁਤ ਅੱਛੀ ਕੋਆਰਡੀਨੇਸ਼ਨ ਹੈਗੀ ਆ ਅਸੀਂ ਸਾਰੇ ਰਲ ਮਿਲ ਕੇ ਮਤਲਬ ਹਮੇਸ਼ਾ ਹੀ ਲੋਕਾਂ ਦੀ ਜਿਹੜੀ ਵੱਧ ਤੋਂ ਵੱਧ ਉਹਨਾਂ ਨੂੰ ਬੈਟਰ ਸਰਵਿਸਿਜ਼ ਦੇਣ ਲਈ ਉਹਨਾਂ ਦੀ ਭਲਾਈ ਦੇ ਬਾਰੇ ਹਮੇਸ਼ਾ ਹੀ ਇਹ ਡਿਸਕਸ਼ਨ ਹੁੰਦੀ ਹੈ ਬਹੁਤ ਅੱਛਾ ਇੱਕ ਫੀਲਿੰਗ ਆਉਂਦੀ ਹੈ ਕਿ ਅਸੀਂ ਫਰੀਲੀ ਇੱਕ ਦੂਸਰੇ ਨਾਲ ਕੋਆਰਡੀਨੇਟ ਕਰ ਸਕਦੇ ਹਾਂ ਗੱਲਬਾਤ ਕਰ ਸਕਦੇ ਹਾਂ ਔਰ ਬਹੁਤ ਅੱਛਾ ਲੱਗਦਾ ਜੀ ਥੈਂਕ ਯੂ ਮੈਮ ਥੈਂਕ ਯੂ ਸੋ ਮਚ ਥੈਂਕ ਯੂ ਥੈਂਕ ਯੂ ਜਲਦੀ ਆ ਹਾਂਜੀ ਮੈਮ ਕੀ ਕਹਿਣਾ ਚਾਹੋਗੇ ਮੈਮ ਅੱਜ ਸਾਡੇ ਨੌਜਵਾਨ ਸਮਾਜ ਸੇਵਾ ਸੰਸਥਾ ਵੱਲੋਂ ਇਹ ਜੋ ਈ ਰਿਕਸ਼ਾ ਬਿਲਕੁਲ ਫਰੀ ਆਫ ਕੋਸਟ ਜੋ ਇਹ ਲੇਡੀਜ਼ ਲਈ ਵੁਮੈਨ ਡੇ 'ਤੇ ਚਲਾਈ ਗਈ ਮੈਂ ਸਾਰੀ ਮਹਿਲਾਵਾਂ ਨੂੰ ਵੁਮੈਨ ਡੇ 'ਤੇ ਮੁਬਾਰਕਬਾਦ ਦਿੰਦੀ ਹਾਂ ਅਤੇ ਜੋ ਇਹ ਸਾਡੇ ਇੱਥੇ ਮੈਡਮ ਡੀਸੀ ਏਡੀਸੀ ਮੈਡਮ ਨੇ ਜੋ ਹਰੀ ਝੰਡੀ ਦੇ ਕੇ ਇਹਨਾਂ ਨੂੰ ਰਵਾਨਗੀ ਦਿੱਤੀ ਹੈ ਅਤੇ ਸਾਨੂੰ ਇੱਦਾਂ ਹੀ ਵੱਧ ਚੜ੍ਹ ਕੇ ਅੱਗੇ ਹੋਣਾ ਚਾਹੀਦਾ ਨਾ ਕਿ ਸਾਨੂੰ ਦੱਬ ਕੇ ਬਹਿਣਾ ਚਾਹੀਦਾ ਸਾਡੇ ਫਾਜ਼ਿਲਕਾ ਦੇ ਵਿੱਚ ਮੌਜੂਦਾ ਖੁਦ ਡੀਸੀ ਮੈਮ ਏਡੀਸੀ ਮੈਮ ਐਸਐਸਪੀ ਮੈਮ ਅਤੇ ਐਸਡੀਓ ਮੈਮ ਨੇ ਉਸੇ ਤਰ੍ਹਾਂ ਮੈਂ ਲੇਡੀਜ਼ ਨੂੰ ਕਹਿੰਦੀ ਹਾਂ ਕਿ ਐਵੇਂ ਹੀ ਪ੍ਰੇਰਿਤ ਹੋ ਕੇ ਅੱਗੇ ਵਧੋ ਅਤੇ ਆਪਦੀ ਜੋ ਇਹ ਜ਼ਿੰਦਗੀ ਨੂੰ ਉਚਾਈਆਂ 'ਤੇ ਲੈ ਕੇ ਜਾਓ ਥੈਂਕ ਯੂ ਕੀ ਨਾਮ ਹੈ ਤੁਹਾਡਾ ਕਿਰਨ ਗੱਲ ਇਸੇ ਤਰ੍ਹਾਂ ਦੀ ਹੋਰ ਵੀ ਅਪਡੇਟਸ ਵੇਖਣ ਲਈ ਜੁੜੇ ਰਹੋ ਸਾਡੇ ਨਾਲ ਤਦ ਤੱਕ ਦੇ ਲਈ ਮੈਨੂੰ ਦਿਓ ਇਜਾਜ਼ਤ ਧੰਨਵਾਦ